ਤੈਨੂੰ ਹੋਈ ਜੀ ਕਿ ਡੀਏਵੀ ਕਾਲਜ ਦਾ ਜਿਹੜਾ ਮੇਨ ਰੋਡ ਹੈ ਉੱਥੇ ਕੋਈ ਲੜਾਈ ਝਗੜਾ ਕੁੱਟਮਾਰ ਹੋ ਰਹੀ ਹੈ, ਕੀ ਕਾਰਵਾਈ ਉਸ ਦੀ? ਬਿਲਕੁਲ ਜੀ, ਮੈਂ ਵੀ ਅੱਜ ਵੀਡੀਓ ਦੇਖੀ ਹੈ ਕਿ ਡੀਏਵੀ ਕਾਲਜ ਦੇ ਗੇਟ ਦੇ ਸਾਹਮਣੇ ਕੱਲ੍ਹ ਕੋਈ ਲੜਾਈ ਹੋਈ ਸੀਗੀ, ਜਿਸ ਇੱਕ ਬੱਚੇ ਦੇ ਸ਼ਿਵਮ ਨਾਮ ਦੇ ਲੜਕੇ ਦੀ ਕੁੱਟਮਾਰ ਹੋਈ ਸੀ। ਉਹਦੇ ਸੰਬੰਧ ਵਿੱਚ ਅਸੀਂ ਬਿਆਨ ਲਿਖ ਲਿਆ, ਉਹਦੇ ਪਰਚਾ ਦਰਜ ਕਰ ਰਹੇ ਹਾਂ, ਲੇਕਿਨ ਸ਼ਿਵਮ ਨੂੰ ਹਾਲੇ ਤੱਕ ਬੰਦੇ ਆਈਡੈਂਟੀਫਾਈਡ ਨਹੀਂ ਹੈਗੇ। ਅਸੀਂ ਬੰਦੇ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।